ਸੋ ਮੈਂ ਹੁਣ ਤੁਹਾਡੇ ਪਿੰਡ ਵਿੱਚ ਹੀ ਲੰਘਿਆ ਤੇ ਮੈਂ ਦੇਖਿਆ ਕਿ ਹੁਣੇ ਹੁਣੇ ਜਿਹੜੀਆਂ ਪੁਲਿਸ ਦੀਆਂ ਚਾਰ ਗੱਡੀਆਂ ਲੰਘੀਆਂ ਇੱਥੋਂ ਸ਼ਾਇਦ ਤੁਹਾਡੇ ਪਿੰਡ ਵਾਲਿਆਂ ਨੇ ਦੇਖਿਆ ਹੋਵੇ ਮੋੜਾਂ 'ਤੇ ਬੈਠੇ ਇੱਧਰ ਦੇ ਪਾਸੇ ਧੂੰਆਂ ਚੜਿਆ ਪਿਆ ਹੁਣੇ ਇੱਧਰ ਨੂੰ ਪੁਲਿਸ ਦੀਆਂ ਗੱਡੀਆਂ ਗਈਆਂ ਪੁਲਿਸ ਦੀਆਂ ਟੀਮਾਂ ਲੱਗ ਗਈਆਂ ਕਿਸਾਨਾਂ ਦੇ ਪਰਚੇ ਕਰਨ ਜਦੋਂ ਮੰਨ ਲਓ ਜਦੋਂ ਆਪਾਂ ਕਹੀਏ ਮਾੜੀਆਂ ਸਪਰੇਆਂ ਕਰਕੇ ਰੇਹਾਂ ਕਰਕੇ ਜਾਂ ਖਰਾਬ ਮੌਸਮ ਕਰਕੇ ਕਿਸਾਨ ਦੀ ਫਸਲ ਮਰ ਜਾਂਦੀ ਹੈ ਉਦੋਂ ਇਹ ਕਹਿੰਦੇ ਸਾਡੇ ਪਟਵਾਰੀ ਗਰਦੌਰੀ ਕਰਨਗੇ ਪਹਿਲਾਂ ਦੇਖਣਗੇ ਫਿਰ ਤੁਹਾਨੂੰ ਕਿਤੇ ਮੁਆਵਜ਼ਾ ਮਿਲੂਗਾ ਅਤੇ ਹੁਣ ਇਹ ਕਹਿੰਦੇ ਸਾਡੇ ਸੈਟੇਲਾਈਟ ਹੀ ਦੇਖ ਲੈਂਦੇ ਆ ਵੀ ਕਿੱਥੇ ਜਿਹੜੀ ਹੈਗੀ ਹੈ ਅੱਗ ਲੱਗੀ ਹੈ ਅਤੇ ਨਾਲ ਦੀ ਨਾਲ ਪੁਲਿਸ ਦੇ ਸੀਨੀਅਰ ਅਫਸਰ ਆਪਦਾ ਪੂਰਾ ਪਾਇਲਟ ਜਿਪਸੀਆਂ ਲੈ ਕੇ ਪੂਰਾ ਕਾਫਲਾ ਲੈ ਕੇ ਉੱਥੇ ਪਹੁੰਚ ਜਾਂਦੇ ਬਕਾਇਦਾ ਹੁਣ ਕਿਸਾਨਾਂ ਦੇ ਪਰਚੇ ਜਿਹੜੇ ਉਹ ਕੱਟੇ ਜਾ ਰਹੇ ਪੂਰੇ ਪੰਜਾਬ ਦੇ ਵਿੱਚ ਅਤੇ ਖਾਸ ਕਰਕੇ ਹੁਣ ਗਿੱਦੜਵਾ ਦੇ ਵਿੱਚ ਵੀ ਇਹ ਸ਼ੁਰੂਆਤ ਲਗਭਗ ਡਰਾਉਣ ਦੀ ਹੋ ਗਈ ਹੈ ਅਤੇ ਅੱਜ ਤਰੀਕ ਹੋ ਗਈ ਚਾਰ ਅਤੇ ਸਿਰਫ ਨੌ ਦਿਨ ਹੈ ਚੌਦਾਂ ਤਰੀਕ ਨੂੰ ਦਸਵੇਂ ਦਿਨ ਜਿਹੜਾ ਹੈਗਾ ਪਰਚੇ ਹੋਣੇ ਸ਼ੁਰੂ ਹੋ ਜਾਣੇ ਤੁਹਾਨੂੰ ਪਤਾ ਹਜੇ ਮੰਡੀਆਂ ਦੇ ਵਿੱਚ ਤੁਹਾਨੂੰ ਬੈਠਿਆਂ ਨੂੰ ਦਸ ਦਸ ਦਿਨ ਹੋ ਗਏ ਹੈ ਅਤੇ ਹਜੇ ਦਸ ਦਿਨ ਹੋਰ ਲੱਗਣਗੇ ਜੇ ਦਸ ਦਿਨ ਹੋਰ ਲੱਗ ਗਏ ਉਦੋਂ ਬਾਅਦ ਸ਼ਾਇਦ ਵਿਕੇ ਨੂੰ ਕੱਲ੍ਹ ਕੋਟ ਭਾਈ ਦੀ ਗੱਲ ਆ ਸਾਢੇ ਚੌਦਾਂ ਮਾਸਚਰ 'ਤੇ ਵੱਡੀਆਂ ਢੇਰੀਆਂ ਪਈਆਂ ਉਹ ਨਹੀਂ ਵਿਕ ਰਹੀਆਂ ਅੱਜ ਇੰਨੀ ਸਖਤੀ ਆ ਸਰਕਾਰ ਦੀ ਕਿ 17.1 ਵੀ ਨਹੀਂ ਲੈਂਦੀ ਅਤੇ ਨਹੀਂ ਲੈਂਦੀ ਹੈ ਬਾਪੂ ਮਾੜਾ ਹੱਥ ਖੜਾ ਕਰਕੇ ਤਾਂ 17.1 ਵੱਧ ਲੈ ਲੈਣਗੇ ਆਉਣ ਵਾਲੇ ਟਾਈਮ ਦੇ ਵਿੱਚ ਐਤਕੀ ਇੱਕ ਤਾਂ ਝੋਨਾ ਵੈਸੇ ਘੱਟ ਨਿਕਲਿਆ ਗਰਮੀ ਵੱਧ ਪਈ ਮੌਸਮੀ ਕਾਰਨਾਂ ਕਰਕੇ ਅਤੇ ਬੀਜਾਂ ਕਰਕੇ ਦੂਜਾ ਹੁਣ ਝੋਨਾ ਲਗਾਤਾਰ ਪੰਜ ਕਿਲੋ ਤੋਂ ਲੈ ਕੇ ਦਸ ਦਸ ਕਿਲੋ ਤੱਕ ਵੈਸੇ ਉੱਡ ਜਾਣਾ ਚਾਰ ਪੰਜ ਕਿਲੋ ਤਾਂ ਉੱਡ ਹੀ ਗਿਆ ਪਏ ਹਾਂ ਹਜੇ ਵੀ ਕਈ ਕਾਟ ਮੰਗਦੇ ਵੀ 2 ਕਿਲੋ 4 ਕਿਲੋ ਕਾਟ ਕਟਾ ਲਓ ਤੋਲ ਦੇਣਗੇ ਇੱਥੋਂ ਇਹ ਸਿੱਧ ਹੁੰਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਮੰਡੀਆਂ ਦਾ ਹੁਣ ਬਾਹਲਾ ਚਿਰ ਰੌਲਾ ਨਹੀਂ ਰਿਹਾ ਮੰਡੀਆਂ ਸਿਰਫ ਜਾਂਦੀਆਂ ਹੀ ਆ ਹੁਣ ਆਪਣੀਆਂ ਮੰਡੀਆਂ ਖਤਮ ਹੋ ਰਹੀਆਂ ਨਹੀਂ ਖਤਮ ਹੋ ਚੁੱਕੀਆਂ ਨੇ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਹੋ ਚੁੱਕਿਆ ਵੱਡੀਆਂ ਵੱਡੀਆਂ ਸੜਕਾਂ ਬਣ ਚੁੱਕੀਆਂ ਨੇ ਪੰਜਾਬ ਤੇ ਪੂਰਾ ਇੱਥੋਂ ਲੈ ਕੇ ਗੁਜਰਾਤ ਤੱਕ ਆ ਜਿਹੜਾ ਜਾਮਨਗਰ ਵਾਲਾ ਹਾਈਵੇ ਕੱਢ ਦਿੱਤਾ ਗਿਆ ਪਾਕਿਸਤਾਨ ਨਾਲ ਬਾਰਡਰ ਖੋਲ੍ਹ ਕੇ ਉਦੋਂ ਤਾਂ ਨਹੀਂ ਇਹ ਖੋਲ੍ਹਿਆ ਜਦੋਂ ਆਪਾਂ ਨੂੰ ਲੋੜ ਸੀ ਜਦੋਂ ਸਾਡਾ ਕਿਸਾਨਾਂ ਕੋਲ ਆਲੂ ਆ ਹੁਣ ਤਾਂ 40 ਰੁਪਏ ਕਿਲੋ ਵਿਕਦਾ ਹੈ ਪਰ ਜਦੋਂ ਅਸੀਂ ਬੀਜ ਲੈਂਦੇ ਹਾਂ ਉਦੋਂ ਸੜਕਾਂ 'ਤੇ ਸਿੱਟਣਾ ਪੈਂਦਾ ਅੱਜ ਗੰਢੇ ਆ ਨਾਸਕ ਤੋਂ ਲਿਆ ਕੇ ਅੰਬਾਨੀ ਅਡਾਨੀਆਂ ਦੇ ਵੱਡੇ ਸਟੋਰਾਂ 'ਚੋਂ ਲਿਆ ਕੇ 100-100 ਰੁਪਏ ਕਿਲੋ ਨੂੰ ਗੰਢੇ ਹੋਏ ਪਏ ਆ ਅਤੇ ਤੁਸੀਂ ਬੀਜ ਲਓ ਬਾਈ ਕਿਸੇ ਨੇ 2 ਰੁਪਏ ਨਹੀਂ ਲੈਣੇ ਅਤੇ ਗੱਲ ਸਹੀ ਹੈ ਗਲਤ ਹੈ ਸੋ ਕਾਰਨ ਕੀ ਹੈ ਕਾਰਨ ਖੇਤੀ ਸੈਕਟਰ ਹੈ ਵਾਧੇ ਦਾ ਪਰ ਇਹਨੂੰ ਫੇਲ ਕਰਕੇ ਇਹ ਅੰਬਾਨੀ ਅਡਾਨੀਆਂ ਨੂੰ ਫੜਾਉਣਾ ਅਤੇ ਇਹਦੇ ਨਾਲ ਜਦੋਂ ਮੰਡੀਆਂ ਉੱਡੀਆਂ ਨਾਲ ਮਜ਼ਦੂਰ ਵੀ ਮਰ ਜਾਣਾ ਹੁਣ ਬੰਦਾ ਸਾਰੇ ਕੰਮ ਛੱਡ ਕੇ ਸੀਜ਼ਨ ਲਾ ਲੈਂਦਾ ਵੀ ਚੱਲ 2 ਵਾਰੀ ਦੇ ਪੈਸੇ ਬਣ ਜਾਂਦੇ ਆ ਵੀ ਮਹੀਨਾ ਲਾਵਾਂਗੇ 2-2.5 ਮਹੀਨੇ ਦੇ ਪੈਸੇ ਬਣ ਜਾਣੇ ਆਹ ਸਾਡੀ ਲੇਬਰ ਆਈ ਆ ਵਿਚਾਰੇ ਅਲੱਗ ਅਲੱਗ ਰਾਜਾਂ ਤੋਂ ਇਹਨਾਂ ਦਾ ਵੀ ਵਿਚਾਰਿਆਂ ਦਾ ਚਲੋ ਗੁਜ਼ਾਰਾ ਹੋ ਜਾਂਦਾ ਪਰ ਮੋਦੀ ਇਹਨਾਂ ਨੂੰ ਪੁੱਛੋ ਇਹਨਾਂ ਵਾਸਤੇ ਕਿੰਨਾ ਮਾੜਾ ਹੈ ਇਹਨਾਂ ਕੋਲ ਵੀ ਜ਼ਮੀਨ ਹੈ ਇਹਨੂੰ ਪੁੱਛ ਕੇ ਦੇਖੀਏ ਤੁਹਾਡੇ ਜ਼ਮੀਨ ਹੈ ਆਪਕੇ ਪਾਸ ਜ਼ਮੀਨ ਹੈ ਆਪਕੇ ਪਾਸ ਜ਼ਮੀਨ ਹੈ ਉਹਨੂੰ ਗੱਲ ਕਰਾ ਮਾੜੀ ਜੀ ਮੈਂ ਇਹਦੇ 'ਚ ਦੱਸਾਂ ਲੋਕਾਂ ਨੂੰ ਇੱਕ ਵਾਰੀ ਹਾਂ ਤੇ ਸਾਡੇ ਕੋਲ 2 ਕਿੱਲਿਆਂ ਵਾਲੇ ਅਸੀਂ ਐਸ਼ ਕਰਦੇ ਹਾਂ ਲੈ ਮੈਂ ਭਰਾ ਸਾਡੇ ਇਹ ਇੱਕ ਮਿੰਟ ਮੈਂ ਇਹੀ ਬਾਤ ਪੁੱਛਣਾ ਚਾਹਤਾ ਹਾਂ ਇੱਧਰ ਦੇਖ ਮਾੜੀ ਜੀ ਇੱਕ ਮਿੰਟ ਮੇਰੇ ਕੰਨੀ ਵੀ ਕਰਦੇ ਕਈਆਂ ਨੂੰ ਲੱਗਦਾ ਕਿ ਇਹ ਬੰਦੇ ਆ ਜਿਹੜੇ ਬਾਈ ਖੜਾ ਹੋਏ ਮਾੜੇ ਵੀ ਇਹਨਾਂ ਦੇ ਹਾਲਾਤ ਆ ਨਾ ਇਹ ਆਪਣੇ ਜਵਾਕਾਂ ਦੇ ਹੋਣੇ ਮਾੜੇ ਜੇ ਆਪਣੇ ਪਾਸ ਜ਼ਮੀਨ ਹੈ ਆਪਣੇ ਪਾਸ ਕਿਤਨੇ ਕਿੱਲੇ ਜ਼ਮੀਨ ਹੈ 2 ਕਿੱਲੇ ਆਪ ਯਹਾਂ ਪੇ ਦਿਹਾੜੀ ਕਿਉਂ ਕਰਤੇ ਹੋ ਬਾਈ ਉਧਰ ਰੇਟ ਹਰ ਚੀਜ਼ ਕਾ ਨਹੀਂ ਹੈ ਨਹੀਂ ਦਿਹਾੜੀ ਕਾ ਨਹੀਂ ਕੁਛ ਚੀਜ਼ ਕਾ ਰੇਟ ਨਹੀਂ ਹੈ ਕਿਸੇ ਚੀਜ਼ ਕਾ ਕੋਈ ਰੇਟ ਨਹੀਂ ਵਹਾਂ ਪੇ ਦਾਣ ਕਿਤਨੇ ਰੁਪਏ ਕਿਲੋ ਵਿਕਤਾ ਹੈ ਕਿਸਾਨ ਕੇ ਪਾਸ 14-15 ਬਹੁਤ ਹੈ 14-15 ਤੇ ਆਪਣੇ ਕਿੰਨਾ ਭਾਈ ਇਤਕੀ ਸਰਕਾਰੀ ਭਾ ਬਾਪੂ ਕਿੰਨੇ ਨੂੰ ਵਿਕਦੇ ਆ ਥੋੜੇ ਪਤਾ ਨਹੀਂ ਜੀ ਠੀਕ ਹੈ ਚਲ ਕੋਈ ਗੱਲ ਨਹੀਂ ਕਈ ਵਾਰੀ ਮੁੰਡਾ ਭੇਜਦੇ ਆ ਇੱਕ ਮਿੰਟ ਇੱਧਰ ਹੀ ਆ ਜਾ ਮੇਰੇ ਉਰੇ ਛੋਟੇ ਇੱਥੇ ਕਿੰਨੇ ਨੂੰ ਬਾਪੂ 2320 ਕਿੰਨੇ ਨੂੰ 2320 ਇੱਥੇ 2320 ਨੂੰ ਆ ਪਾਣਾ ਯਹਾਂ ਤੇ ਮੈਂ ਤੇ ਆ ਦੋਨੇ ਅਸੀਂ ਭਰਾ ਹੀ ਆ ਇੱਕ ਤਰ੍ਹਾਂ ਦੇ 2 ਕਿੱਲੇ ਜ਼ਮੀਨ ਹੀ ਇਹਦੇ ਕੋਲੇ ਆ ਤੇ ਮੇਰਾ ਵੀ ਪਿੰਡ ਕੋਟਲੇ 2 ਕਿੱਲੇ ਹੀ ਮੇਰੇ ਕੋਲੇ ਆਪਾਂ ਇੱਥੇ ਚਿੱਟੇ ਪਾਈ ਫਿਰਦੇ ਹਾਂ
अपने दो किलो वधिया रोटी खांदा तो नहीं खांदा बापू? क्यों खांदा है? क्योंकि अपने मंडियां से अपनी खरीद सरकारी सी बापू। बापू तू भी नीवी क्यों पाई बैठे दस, अपने दो ढाई किलो का गुजारा वधिया हुंदा तो नहीं हुंदा? हुंदा सारा कुछ हुंदा। ते इन्हां दा क्यों नहीं हुंदा बेचारा दा? ਇਹਨਾਂ ਦਾ ਹੁਣ ਤੁਹਾਨੂੰ ਪਤਾ ਹੋਊਗਾ ਅਸੀਂ ਕਿਹੜਾ ਬਾਹਰ ਤੁਰੇ ਫਿਰੇ ਆ ਯਾਰੇ, ਸਰਕਾਰਾਂ ਨੇ ਕਰਕੇ ਧੱਕੇ ਦਿਲਾਉਂਦੇ ਆ ਉਧਰ ਆਹ ਕੰਮ ਕਰਾਉਣ। ਹੁਣ ਇਧਰਲੇ ਪਾਸੇ ਕੀ ਹੈ ਇਹ ਚੀਜ਼ਾਂ ਸਮਝੋ ਯਾਰ, ਹੱਸਾਂਗੇ ਅੱਜ ਆਪਾਂ ਹੱਸਦੇ ਆ ਤੇ ਉਦੋਂ ਬਾਅਦ ਸਾਡੇ ਜਵਾਕਾਂ ਦਾ ਹਾਲ ਇਦੋਂ ਨੂੰ ਵੀ ਭੈੜਾ ਹੋਣਾ। ਆਹ ਮੁੰਡੇ ਸਾਰੇ ਆ ਨਾ, ਇਹ ਸਾਰੇ ਜ਼ਮੀਨਾਂ ਵਾਲੇ ਆ, ਕਿਸੇ ਕੋਲੇ 2 ਕਿੱਲੇ ਆ, ਕਿਸੇ ਕੋਲੇ 5 ਕਿੱਲੇ ਆ, ਠੀਕ ਹੈ ਨਾ ਆਪਣੇ ਪਾਸ, ਲੇਕਿਨ ਵਹਾਂ ਪੇ ਮੰਡੀ ਨਹੀਂ ਹੈ। ਐਸੇ ਸਰਕਾਰੀ ਖਰੀਦ ਨਹੀਂ ਹੁੰਦੀ ਕਿ ਕੋਈ ਆਏ ਟਰਾਲੀ ਉਤਾਰ ਦਿੱਤਾ ਹੈ, ਝਾੜ ਲੱਗ ਗਿਆ ਉਠਾ ਲਿਆ, ਵੈਸੇ ਨਹੀਂ ਹੈ ਨਾ ਕਹੀਂ। ਵਹਾਂ ਪੇ ਤੋ 2-2 ਕਿੱਲੋ ਦਾਣ ਇੱਕ ਇੱਕ ਬੋਰੀ ਕਰਕੇ ਵੇਚਣਾ ਪੜਤਾ ਨਾ। ਆਹ ਜਿਹੜੇ ਸਾਡੇ ਵਾਲੇ ਮੇਰੇ ਤੇ ਹੱਸਦੇ ਆ ਨਾ, ਕੰਨੂ ਇਹ ਲੱਗਦਾ ਵੀ ਇਹਨੇ ਜਿੱਤਣਾ ਜੁੱਤਣਾ ਤਾਂ ਹੈ ਨਹੀਂ, ਐਵੇਂ ਕੁਝ ਜਕਾਨਾ ਫਲਾਈ ਕਰਦਾ ਵੀ ਮੇਰੀ ਜਿੱਤ ਹਾਰਨਾ ਕੋਈ ਚੱਕਰ ਨਹੀਂ। ਮੈਨੂੰ ਤਾਂ ਤੁਸੀਂ ਬਹੁਤ ਕੁਝ ਦਿੱਤਾ, ਤੁਸੀਂ ਮੈਨੂੰ ਸਾਰਿਆਂ ਨੇ ਇੰਨਾ ਪਿਆਰ ਕੀਤਾ ਕਿ 10 ਲੱਖ 12 ਲੱਖ ਬੰਦਾ ਮੈਨੂੰ ਫੋਲੋ ਕਰਦਾ, ਮੈਂ 26-27 ਮੁਲਕ ਘੁੰਮ ਗਿਆ ਤੁਹਾਡੇ ਸਿਰ ਤੇ, ਤੁਹਾਡੇ ਵੀ ਸਿਰ ਤੇ ਜਿਹੜੇ ਮੈਂ ਦੇਖੀ ਜਾਂਦੇ ਹੋ। ਪਰ ਮੈਂ ਸਿਰਫ ਤਾਂ ਲੜਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਜਵਾਕਾਂ ਦਾ ਹਾਲ ਆਹ ਹੋ ਜਾਣਾ ਹੈ। ਇਹ ਬਾਹਲਾ ਚਿਰ ਦਾ ਕੰਮ ਨਹੀਂ, ਸਿਰਫ ਰਹਿ ਗਿਆ 2 ਸਾਲ ਹੀ। ਸੋ ਆਉਣ ਵਾਲੇ ਟਾਈਮ 'ਚ ਹੁਣ ਤਾਂ ਜਾਂਦੇ ਹਾਂ ਕੈਨੇਡਾ ਦਿਹਾੜੀ ਕਰਨ, ਅਤੇ ਆਪਣੀ ਜ਼ਮੀਨਾਂ ਨੇ ਲੈ ਲੈਣੀ ਆ, ਪੈਸੇ ਚੱਲ ਜਾਂਦੇ ਆ। ਜ਼ਮੀਨ ਅਦਾ ਹੁਣ ਭਾ ਕਿੰਨਾ ਹੋ ਗਿਆ ਆਪਣੇ ਬਾਪੂ, ਦੇਖਦੇ ਦੇਖਦੇ ਕਿੰਨੇ ਰੁਪਏ ਨੂੰ ਤੁਹਾਡੇ ਪਿੰਡ ਹੁਣ ਜ਼ਮੀਨ? ਹੁਣ ਸਾਡੇ 32-33 ਲੱਖ ਨੂੰ ਹੈ। ਹਾਂਜੀ, ਤੇ ਇਕੱਠੇ ਮਿਲਦੀ ਨਹੀਂ ਹੋਣੀ 10 ਕਿੱਲੇ? ਨਾ ਨਾ ਜੀ, ਕਨਾਲ ਨਹੀਂ ਮਿਲਦੀ ਗੱਡੀ ਤਾਂ, ਹੈ ਨਾ। ਸੋ ਜਿਹੜਾ ਅੱਜ ਤੋਂ ਜੇ ਆਪਾਂ 2 ਸਾਲ ਪਹਿਲਾਂ ਇਹ 20 ਲੱਖ ਨੂੰ ਸੀ ਨਾ, ਮੈਨੂੰ ਲੱਗਦਾ 10 ਲੱਖ ਨੂੰ ਸੀ, 20 ਕਿੱਥੇ ਸੀ? ਦੇਖ ਹੁਣ ਇੱਕ ਗੱਲ ਸਮਝੋ, ਮੈਂ ਕੋਈ ਇਹ ਪ੍ਰਚਾਰ ਆ ਜਿਹੜਾ ਆਪਣਾ ਰਾਜਨੀਤਿਕ ਨਿਗਾ, ਇਹ ਸਿਰਫ ਲੋਕਾਂ ਨੂੰ ਜਗਾਉਣ ਵਾਸਤੇ। ਇੱਕ ਜ਼ਮੀਨ ਦਾ ਭਾਅ ਜਿਹੜਾ ਅੱਜ ਤੋਂ ਬਈ 3-4 ਸਾਲ ਪਹਿਲਾਂ, ਆਪਣਾ ਵੀ ਕੋਟਲੀ ਪਿੰਡ ਹੈ, 10-19 ਲੱਖ ਰੁਪਏ ਨੂੰ ਸੌਦੇ ਹੋਏ। ਸਾਡੇ ਪਿੰਡ ਹੁਣ 44 ਲੱਖ ਨੂੰ, ਮੁੰਡਾ ਸਾਡੇ ਪਿੰਡ ਦਾ ਹੈ, 44 ਲੱਖ ਨੂੰ ਇੱਕ ਘਰ ਨੇ ਵੇਚਤੀ 2-3 ਕਿੱਲੇ, ਤੇ ਉਹ ਭਾਲਦੇ ਫਿਰਦੇ ਮਿਲਦੀ ਨਹੀਂ ਕਿਤੇ ਬਾਪੂ। 1.5 ਕਰੋੜ ਨੂੰ ਨਾਰਮਲ ਜ਼ਮੀਨ ਹੋ ਗਈ, ਜਿਹੜੀ ਮਾੜੀ ਮੋਟੀ ਲੈ ਕਰੋੜ ਜੀਤੇ ਆ, ਆਪਾਂ ਨੂੰ ਇਹਨਾਂ ਨੇ ਪੈਸੇ ਦੇ ਦੇਣੇ ਆ, ਪੈਸੇ ਪਾ ਕੇ ਟੈਂਚੀਆਂ ਤੁਸੀਂ ਲਈ ਫਿਰਨੇ ਆ, ਤੇ ਗਾਹ ਜ਼ਮੀਨ ਕਿਤੇ ਮਿਲਣੀ ਨਹੀਂ, ਪੈਸਾ ਚੱਲ ਹੀ ਜਾਂਦਾ। ਉਹ ਜਿਵੇਂ ਜ਼ਮੀਨ ਨੇ, ਹਾਂ ਜ਼ਮੀਨ ਕਹਿੰਦੀ ਆ ਨਾ ਜ਼ਮੀਨ, ਉਹ ਕਹਿੰਦੀ ਜੇ ਤੂੰ ਬੱਜ ਗਿਆ ਤੈਨੂੰ ਮੈਂ ਛਡਾ ਲੂ, ਪਰ ਜੇ ਮੈਂ ਬੱਜ ਗਈ ਤਾਂ ਤੂੰ ਛਡਾਈ ਨਹੀਂ ਜਾਣੀ। ਤੇ ਨਹੀਂ ਬਾਪੂ ਗੱਲ ਗਲਤ ਹੈ, ਸਾਡੇ ਜਵਾਕਾਂ ਨੂੰ ਪਵਾ ਕੇ ਆਹ ਚੀਜ਼ਾਂ ਜਿਹੜੀਆਂ ਇੱਥੇ ਹੋਊਗਾ। ਅੱਜ ਸ਼ਾਇਦ ਮੈਂ ਲਾਸਟ ਹੀ ਬੰਦਾ ਰਾਜਨੀਤਿਕ ਤੌਰ ਤੇ ਜਿਹੜਾ ਲੜ ਰਿਹਾ, ਕਿਸਾਨ ਜਥੇਬੰਦੀਆਂ ਨੇ ਬਹੁਤ ਜ਼ੋਰ ਲਾਇਆ ਵੀ ਜਿਹੜਾ ਮੈਂ ਸਿਰਫ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਵੀ ਜ਼ਮੀਨਾਂ ਵੀ ਜਾਣਗੀਆਂ, ਜ਼ਮੀਨਾਂ ਆਪ ਹੀ ਛੱਡੋਗੇ ਬਾਈ ਜਦੋਂ ਝੋਨਾ ਹੀ ਨਾ ਵਿਕਿਆ ਤੁਹਾਡਾ, ਜਦੋਂ ਝੋਨਾ ਨਾ ਵਿਕਿਆ ਬਾਈ ਕਿੰਨੇ ਕੁ ਵਾਰੀ ਕਰ ਲਓਗੇ? 10-10 ਦਿਨ ਹੋ ਗਏ ਬੈਠਿਆਂ ਨੂੰ, ਉਧਰੋਂ ਜਿਹੜੀ ਵੱਤ ਲੰਘ ਜਾਣੀ ਹੈ, ਜੇ ਆਪਾਂ ਪਰਾਲੀ ਨੂੰ ਅੱਗ ਲਾਉਣੇ ਆ, ਜੇ ਸਾੜਦੇ ਆ ਤਾਂ ਲੋਕ, ਇਹ ਮੇਰੀ ਗੱਲ ਸੁਣੋ, ਕੋਈ ਇਹ ਬਹੁਤ ਲੰਮਾ ਟਾਈਮ ਨਹੀਂ ਹੋਇਆ, 1965 ਦਾ ਝੋਨਾ ਲੱਗਦਾ, ਅੱਜ 2024 ਹੋ ਗਿਆ, ਲਗਭਗ ਬਾਪੂ 60 ਸਾਲ ਹੋ ਗਏ ਝੋਨੇ ਨੂੰ। ਪਰਾਲੀ ਵਾਲਾ ਰੌਲਾ ਕਿੰਨਾ ਟਾਈਮ ਪਹਿਲਾਂ ਪੈਣ ਲੱਗਿਆ? ਹੁਣ ਤੋਂ ਆਹ 5-7 ਸਾਲਾਂ ਦਾ ਹੀ ਪੈਣ ਲੱਗਿਆ, ਤੇ 40-50 ਸਾਲ ਹੋ ਗਏ ਰੌਲਾ ਪੈਂਦੇ ਨੂੰ। ਹਾਂ ਹੁਣ 5-7 ਸਾਲਾਂ ਤੋਂ ਜਾਣ ਕੇ ਵਧਾਇਆ ਇਹਨਾਂ ਨੇ ਰੌਲਾ, ਆਏ ਨੀ ਵੀ ਅੱਗ ਪਹਿਲੀ ਵਾਰੀ ਲੱਗਣ ਲੱਗੇ, ਜਿੱਦੇ ਦੀ ਪਰਾਲੀ ਆ ਉਦੇ ਦੀ ਆਪਾਂ ਆਪ ਸਾੜਦੇ ਆ। ਪਰ ਹੁਣ ਇਹਨਾਂ ਨੇ ਜਾਣ ਕੇ ਪ੍ਰਚਾਰਿਆ, ਪਤਾ ਤੁਹਾਨੂੰ ਕਿਉਂ? ਕਿਉਂਕਿ ਤੁਹਾਨੂੰ ਪਿੰਡ ਚੋਂ ਘਟਾਉਣਾ, ਇੱਕ ਦੂਜੇ ਨਾਲ ਤੁਸੀਂ ਕਿਸਾਨ ਤੇ ਮਜ਼ਦੂਰ ਲੜੋਗੇ। ਹੁਣ ਦੱਸਦਾ ਕਿਵੇਂ, ਮੈਨੂੰ ਐਂ ਦੱਸੋ, ਜਦੋਂ ਆਪਾਂ ਦਿੱਲੀ ਗਏ ਸੀ, ਦਿੱਲੀ ਦੇ ਬਾਰਡਰਾਂ ਤੇ ਬੈਠੇ, ਆਪਾਂ ਹਰੇਕ ਨੇ ਕਿਹਾ ਵੀ ਪਿੰਡ 'ਚ ਬੀਜੇਪੀ ਦਾ ਬੰਦਾ ਨਹੀਂ ਵੜਨ ਦੇਣਾ, ਝੰਡਾ ਨਹੀਂ ਹੋਣਾ। ਹੁਣ ਮੈਨੂੰ ਧੂਰਕੋਟ ਵਾਲੇ ਸਹੀ ਦੱਸਿਓ, ਤੁਹਾਡੇ ਪਿੰਡ ਤੁਸੀਂ ਝੰਡਿਆਂ ਦੀ ਗੱਲ ਕਰਦੇ ਹੋ, ਲੋਕ ਧੱਕੇ ਨਾਲ ਬੀਜੇਪੀ 'ਚ ਜਾਂਦੇ ਤੇ ਨਹੀਂ ਜਾਂਦੇ? ਵੱਡੇ ਵੱਡੇ ਘਰ ਆਪਦੇ ਆਪ ਨੂੰ ਕਿਸਾਨ ਘਾਉਣ ਵਾਲੇ ਮਨਪ੍ਰੀਤ ਮੂਹਰੇ ਕਾਜੂ ਚੱਕੀ ਫਿਰਦੇ ਤੇ ਨਹੀਂ ਚੱਕੀ ਫਿਰਦੇ? ਜਾਂਦੇ ਹਨ ਕਿਵੇਂ ਗਏ? ਪਹਿਲਾਂ ਪਿਛਲੀ ਵਾਰੀ ਹੰਸਰਾਜ ਹੰਸ ਉੱਠਿਆ, ਉਹਨਾਂ ਨੇ ਜਾਣ ਕੇ ਇੱਕ ਬੰਦਾ ਉਠਾਇਆ, ਉਹਨੇ ਪ੍ਰਚਾਰ ਕੀਤਾ ਪਿੰਡਾਂ ਜਾ ਕੇ, ਉਹਨੂੰ ਘੇਰ ਲਿਆ ਕਿਸਾਨਾਂ ਨੇ ਥੋੜ੍ਹੀ ਮੋਟੀ, ਉੱਥੇ ਆਪਣੀ ਵੀ ਗਲਤੀ ਹੈ ਬਈ। ਜੇ ਆਪਾਂ ਉਹਨੂੰ ਘੇਰ ਸਕਦੇ ਹਾਂ ਹੰਸਰਾਜ ਹੰਸ ਨੂੰ, ਤੇ ਮਨਪ੍ਰੀਤ ਦਾ ਤਾਂ ਕੱਦ ਹੀ ਰੱਬ ਨੇ ਏਡਾ ਦਿੱਤਾ ਹੈ, ਉਹ ਤਾਂ ਬੈਠਾ ਵੀ ਦਿਸ ਜੂਗਾ, ਤੇ ਕਿਸੇ ਦਾ ਹੈ ਗੱਲ ਮੈਂ ਹੱਥ ਪਾਉਣ ਦਾ? ਕਿਸੇ ਯੂਨੀਅਨ ਨੇ ਕਿਸੇ ਪਿੰਡ ਦੇ 4 ਬੰਦਿਆਂ ਨੂੰ ਉਹਦਾ ਵਿਰੋਧ ਕੀਤਾ, ਹੁਣ ਪਤਾ ਵੀ ਇਹ ਤਕੜਾ ਕਿਸਾਨ ਹੈ, ਇਹ ਤਕੜਾ ਜੱਟ ਹੈ, ਸਰਮਾਏਦਾਰ ਹੈ, ਇਹਨੇ ਪਹਿਲਾਂ ਵੀ ਧੱਕੇ ਕੀਤੇ ਹੋਏ ਆ, ਕਿੱਦਣ ਵਾਲੇ ਜਾਣਦੇ ਆ ਵੀ ਜੇ ਇਹ ਆ ਗਿਆ ਆਪਣੇ ਗਲ ਪੈ ਜੂ, ਇਹ ਬੜਾ ਭੈੜਾ ਸੱਪ ਹੈ, ਇਹ ਬੋਲਦਾ ਹੀ ਮਿੱਠਾ ਹੈ,
ਅੰਦਰੋਂ ਦਾ ਪੂਰਾ ਜ਼ਹਿਰ ਦਾ ਭਰਿਆ ਵਾ ਆਪਣੇ ਪਿੰਡ ਦੇ ਲੋਕਾਂ ਨੂੰ ਪਤਾ ਸਾਰੇ ਹਲਕੇ ਦੇ ਲੋਕਾਂ ਨੂੰ ਪਤਾ ਤਾਂ ਹੀ ਨਹੀਂ ਬੋਲਦੇ ਹੋਰ ਕੋਈ ਮਨਪ੍ਰੀਤ ਨੇ ਰਿਉੜੀਆਂ ਥੋੜੀ ਦਿੱਤੀਆਂ ਅੱਧੇ ਕਹਿਣਗੇ ਸਾਨੂੰ ਮੋਟਰਾਂ ਦਿੱਤੀਆਂ ਸਾਡੇ ਖਾਲ ਬਣਾਏ ਵੀ ਮੇਰੀ ਗੱਲ ਸੁਣੋ ਯਾਰ 20 ਸਾਲ ਹੋ ਗਏ ਕਿੰਨੇ ਖਾਲ ਬਣਾਤੇ 20 ਸਾਲਾਂ 'ਚ ਉਹ ਤਾਂ ਇੱਟ ਨਹੀਂ ਲੱਗੀ ਕਿਉਂ ਨਹੀਂ ਲੱਗੀ ਕਿਉਂਕਿ ਉਹਦੇ ਕੋਲ ਪਾਵਰ ਹੀ ਨਹੀਂ ਦਿੱਤੀ ਸੀ ਤੁਸੀਂ ਜਦੋਂ ਆਪਾਂ ਉਹਦਾ ਤਾਇਆ ਮੁੱਖ ਮੰਤਰੀ ਬਣਾਤਾ ਉਹਨੂੰ ਵਿੱਤ ਮੰਤਰੀ ਬਣਾਤਾ ਬਾਈ ਘਰੋਂ ਸਰਕਾਰ ਤੋਂ ਜਿਹਨੂੰ ਮਰਜ਼ੀ ਦੇ ਦੇ ਸਰਕਾਰਾਂ ਸਰਕਾਰ ਜੀ ਦੀ ਹਾਂ ਜੇ ਕਿਸੇ ਨੂੰ ਘਰੋਂ ਦਿੱਤਾ ਬਈ ਜ਼ਰੂਰ ਪਾਓ ਪਰ ਗੱਲ ਇਹ ਆ ਮੈਂ ਤੁਹਾਨੂੰ ਦੱਸਦਾ ਜਿਹੜੀ ਪਹਿਲਾਂ ਮਜ਼ਦੂਰ ਇਹਨਾਂ ਨੇ ਵਸ ਚ ਗੰਢੇ ਮਜ਼ਦੂਰਾਂ ਨੂੰ ਇਹ ਕਿਹਾ ਗਏ ਆਪਾਂ ਨੂੰ ਗਰੀਬਾਂ ਕਰਕੇ ਘੇਰ ਲਿਆ ਜਾਂਦਾ ਤਾਂ ਕਰਕੇ ਮੈਂ ਪਿਛਲੀ ਵਾਰੀ ਇਲੈਕਸ਼ਨ ਲੜਿਆ ਬਾਪੂ ਮੈਂ ਭਾਵੇਂ ਥੋੜੀਆਂ ਪਈਆਂ ਮੈਨੂੰ ਪਰ ਮੈਂ ਫਿਰ ਵੀ ਬੀਜੇਪੀ ਹਰਾਤੀ 400 ਵੋਟ ਪਈ ਬੀਜੇਪੀ ਨੂੰ ਸਿਰਫ ਐਤਕੀ ਜਦੋਂ ਹੰਸਰਾਜ ਹੰਸ ਘੇਰਿਆ ਮਜ਼ਦੂਰਾਂ ਦੇ ਗੱਲ ਪੈ ਗਈ ਖਾਨੇ 'ਚ ਵੀ ਯਾਰ ਸਾਡੇ ਬੰਦੇ ਘੇਰਦੇ ਆ ਤੇ ਉਹਨਾਂ ਨੇ 14,000 ਵੋਟ ਪਾਈ ਇਹਨਾਂ ਨੂੰ ਪਾਈ ਨਾ ਫਿਰ ਇਹਨਾਂ ਨੇ ਹੁਣ ਵੀ ਭਾਜਪਾ ਨੇ ਇੱਕ ਵੱਡਾ ਬੰਦਾ ਲਿਆ ਕੇ ਮਜ਼ਦੂਰਾਂ ਦੇ ਸਿਰ ਤੇ ਬਾਤਾ ਸਰਮਾਏਦਾਰ ਹੁਣ ਮਨਪ੍ਰੀਤ ਬਾਦਲ ਪਿੰਡ ਦੇ ਇੱਕ ਤਾਕੜੇ ਧਨਾੜ ਜ਼ਿਮੀਦਾਰ ਨੂੰ ਫੜਦਾ ਜਾਂ ਉਹ ਜਿਹੜੇ ਉਹਦੇ 4-5 ਪਹਿਲਾਂ ਚੇਲੇ ਚਪਟੇ ਆ ਉਹ ਬੰਦਿਆਂ ਨੂੰ ਕਰਦਾ ਵੀ ਉਹ ਹੁਣ ਉਹ ਤਾਂ ਰਲ ਗਏ ਵੀ ਪਿੰਡ 'ਚੋਂ 250-300 ਤਾਂ ਨਿਕਲਣ ਲੱਗ ਹੀ ਗਈ ਇਹਨਾਂ ਦੀ ਤੇ ਆਪਣੇ ਨਾਲ ਜੇ 400 ਵੀ ਨਿਕਲੀ ਆਪਣੀ ਬਣ ਜਾਣੇ ਟੋਰ ਮਨਪ੍ਰੀਤ ਨੂੰ ਕਹਾਂਗੇ ਸਾਡੇ ਕਰਕੇ ਪੈਂਦੀਆਂ ਵੋਟਾਂ ਜਿਹੜੇ ਪਹਿਲੀ ਗੱਲ ਦਾ ਜਿਮੀ ਜਿਹੜੇ ਉਹ ਵਿਚਾਰੇ ਮਜ਼ਦੂਰ ਠੱਗ ਲਏ ਇਹਨਾਂ ਨੇ ਭਾਜਪਾ ਨੇ ਤੇ ਦੂਜਾ ਇਹ ਮੜ ਲਏ ਪਿੰਡਾਂ ਵਾਲੇ ਜਿਹੜੇ ਆਪਦੇ ਆਪ ਨੂੰ ਧਨਾੜ ਜੱਟ ਕਹਾਉਂਦੇ ਆ ਮੈਨੂੰ ਇਹ ਦੱਸੋ ਯਾਰ ਹਜੇ ਤੱਕ ਤਾਂ ਉਹਨਾਂ ਦੇ ਸਿਵਿਆਂ ਦੀ ਮਤਲਬ ਸਿਵੇ ਨਹੀਂ ਠੰਡੇ ਹੋਏ ਨੇ ਸ਼ੁਭ ਕਰਨ ਵਰਗੇ ਤਾਂ ਹਜੇ ਹੁਣ ਦੀ ਘਾਟ ਅੱਜ ਤਾਂ ਬਈ ਪਹਿਲੀ ਰੱਖੜੀ ਲੰਘੀ ਹੋਣੀ ਉਹਨਾਂ ਦੇ ਘਰੋਂ ਸ਼ਹੀਦ ਹੋਏ ਨੂੰ ਮੁੰਡੇ ਨੂੰ ਬੱਲੋ ਦੇ ਨੂੰ ਜਦੋਂ ਬਾਰਡਰ ਤੇ ਗੋਲੀ ਮਾਰੀ ਹੈ ਤੇ ਯਾਰ ਲੋਕ ਭੁੱਲ ਵੀ ਗਏ 700 ਬੰਦਾ ਤੁਸੀਂ ਉੱਥੇ ਸ਼ਹੀਦ ਕਰਾ ਲਿਆ ਦਿੱਲੀ ਦੇ ਬਾਰਡਰਾਂ ਤੇ ਆਹ ਬਾਰਡਰ ਤੇ ਮੁੰਡੇ ਸ਼ਹੀਦ ਕਰਾ ਲਏ ਗੋਲੀਆਂ ਮਾਰੀਆਂ ਤੁਹਾਨੂੰ ਬੀਜੇਪੀ ਇੰਚ ਹਿੱਲਣ ਨਹੀਂ ਦਿੰਦੀ ਵੋਟਾਂ ਤੁਸੀਂ ਫੇਰ ਪਾਈ ਜਾਂਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪਿੰਡਾਂ 'ਚ ਘਟਾਇਆ ਕਰਨਗੇ ਇੱਕ ਦੂਜੇ ਨਾਲ ਤੁਸੀਂ ਕਿਸਾਨ ਤੇ ਮਜ਼ਦੂਰ ਲੜੋਗੇ ਅੱਜ ਵੀ ਕਿਸਾਨ ਤੇ ਮਜ਼ਦੂਰ ਦੇ ਵਿੱਚ ਪਾੜਾ ਪਾਉਣ 'ਚ ਬੀਜੇਪੀ ਕਾਮਯਾਬ ਹੋ ਚੁੱਕੀ ਹੈ ਕਿਸੇ ਟਾਈਮ ਸੰਤ ਰਾਮ ਉਦਾਸੀ ਜਿਹੜੇ ਕਿ ਬਹੁਤ ਆਪਾਂ ਗੱਲ ਕਰਕੇ ਇਨਕਲਾਬੀ ਸ਼ਾਇਰ ਸੀ ਉਹਨਾਂ ਨੇ ਲਿਖਿਆ ਸੀ ਜੱਟ ਰੋ ਪਿਆ ਸਿਰੀ ਦੇ ਗਲ ਲੱਗ ਕੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੁੱਲ ਗਏ ਤੂੜੀ ਵਿੱਚੋਂ ਪੁੱਤ ਜਗਿਆ ਵੀ ਜੱਟ ਦੀ ਤੇ ਉਹਦੇ ਸਿਰੀ ਦੀ ਤਾਂ ਸਾਂਝ ਪਿਓ ਪੁੱਤ ਵਾਲੀ ਜੇ ਸਾਡੇ ਵੱਡੇ ਹੈ ਉਹ ਵੀ ਚਾਚੇ ਤਾਏ ਇੱਕ ਦੂਜੇ ਦੇ ਵਿਆਹਾਂ ਤੇ ਸ਼ਾਦੀਆਂ ਤੇ ਇੱਕ ਦੂਜੇ ਨਾਲ ਜਾਂਦੇ ਰਹੇ ਹੁਣ ਇਹਨਾਂ ਨੇ ਜਦੋਂ ਹਿੰਦੂ ਮੁਸਲਮਾਨ ਹਿੰਦੂ ਸਿੱਖ ਦਾ ਪੱਤਾ ਖੇਡਿਆ ਉਹ ਨਹੀਂ ਚੱਲਿਆ ਪੰਜਾਬ 'ਚ ਹੁਣ ਇਹਨਾਂ ਨੇ ਆਹ ਪੱਤਾ ਚਲਾ ਲਿਆ ਇਹ ਕਾਮਯਾਬ ਹੁੰਦਾ ਨਹੀਂ ਦਾ ਹੁਣ ਕਿਸਾਨ ਅੱਧੇ ਕਹਿਣਗੇ ਕਿਸਾਨਾਂ ਨੂੰ ਤਾਂ ਨਹੀਂ ਇਲੈਕਸ਼ਨ ਲੜਨਾ ਚਾਹੀਦਾ ਨਾ ਮਜ਼ਦੂਰਾਂ ਨੂੰ ਲੜਨਾ ਚਾਹੀਦਾ ਵੀ ਕਿਉਂ ਵੀ ਇਹਨਾਂ ਤਿੰਨਾਂ ਨੂੰ ਸੁੱਕ ਕੇ ਦਿੱਤਾ ਆ ਹੁਣ ਇਹ ਤਿੰਨੇ ਕੀ ਹੋਣਾ ਆਉਣਾ ਟਾਈਮ ਦੇ ਵਿੱਚ ਜਦੋਂ ਤੁਸੀਂ ਧਰਨਾ ਲਾਉਣ ਜਾਓਗੇ ਚਾਹੇ ਪਰਾਲੀ ਦੇ ਮੁੱਦੇ ਤੇ ਚਾਹੇ ਤੁਹਾਡਾ ਝੋਨਾ ਨਹੀਂ ਚੱਕਦਾ ਹੁਣ ਇਹੋ ਜਿਹੀ ਜਮਾਤ ਇੱਕ ਖੜੀ ਹੋ ਚੁੱਕੀ ਹੈ ਜਿਹੜੀ ਕਹਿੰਦੀ ਹੈ ਰੋਜ਼ ਐਵੇਂ ਬਿਨਾਂ ਗੱਲੋਂ ਪੱਲੀ ਵਿਛਾਉਂਦੇ ਇਹਨਾਂ ਦੇ ਛਿੱਤਰ ਫੇਰੋ ਸਮਾਰ ਕੇ ਕਹਿੰਦੇ ਆ ਨਾ ਵੀ ਇਹ ਐਵੇਂ ਕਿਸਾਨ ਰੋਜ਼ ਜਦੋਂ ਤੁਸੀਂ ਕਰਦੇ ਨਾ ਟੋਲ ਫਰੀ ਉਦੋਂ ਤਾਂ ਬਈ ਬੰਦਿਆਂ ਨੂੰ ਲੱਗਦਾ ਚੰਗਾ ਵੀ ਯਾਰ ਪੈਸੇ ਦੇਣੇ ਨਹੀਂ ਪੈਂਦੇ ਨਾਲ ਦੀ ਨਾਲ ਸਲਫ ਮਾਰੀ ਲੰਘ ਜਾਂਦਾ ਜਦੋਂ ਘੇਰ ਲੈਂਦੇ ਹੋ ਥਾਂ ਜਿਹਨੂੰ ਟੱਪਣ 'ਚ ਹੁੰਦੀ ਹੈ ਦਿੱਕਤ ਆ ਗਾਲਾਂ ਕੱਢਦੇ ਤਾਂ ਕਰਕੇ ਵੀਰ ਮੇਰੇ ਮੈਂ ਇਹ ਕਹਿਣਾ ਵੀ ਆਪਾਂ ਚਾਹੇ ਧਰਨੇ ਲਾਉਣੇ ਆ ਚਾਹੇ ਆਪਾਂ ਮੰਨ ਲਓ ਆਪਦਾ ਮੁਜ਼ਾਹਰੇ ਕਰਦੇ ਹਾਂ ਸਾਰੀ ਉਮਰ ਨਹੀਂ ਚੱਲਣੇ ਇਸ ਤੋਂ ਬਾਅਦ ਬਹੁਤ ਔਖਾ ਹੈ ਇਦੋਂ ਚੰਗਾ ਕਿ ਆਪਦੇ ਬੰਦੇ ਜਿਤਾਲ ਗਏ ਆਪਾਂ ਜਿਹੜੇ ਮੈਂ ਹੁਣ ਆਜ਼ਾਦ ਲੜਿਆ ਪਿਛਲੀ ਵਾਰ ਵੀ ਲੜਿਆ ਮੈਨੂੰ ਵੀ ਪਤਾ ਤਿੰਨੇ ਧਨਾੜ ਬੰਦਿਆਂ 60 ਕਰੋੜ ਰੁਪਇਆ ਲੱਗਣਾ ਇਲੈਕਸ਼ਨ 'ਤੇ ਪਤਾ ਸਾਨੂੰ 20-20 ਕਰੋੜ ਤਿੰਨੇ ਲਾਉਣਗੇ ਨੋਰਮਲ 13 ਕਰੋੜ ਲੱਗ ਜਾਂਦਾ ਇੱਕ ਬੰਦੇ ਦਾ ਜਦੋਂ ਆਪਣੇ ਨੋਰਮਲ ਇਲੈਕਸ਼ਨ ਹੁੰਦਾ ਤਾਂ ਬਾਏ ਇਲੈਕਸ਼ਨ ਹੈ ਹੁਣ 60 ਕਰੋੜ ਮੈਨੂੰ ਦੱਸੋ ਕੌਣ ਲਿਆ ਕੇ ਦੇਊਗਾ ਇਹਨਾਂ ਨੂੰ ਲਿਆ ਕੇ ਦੇਣਾ ਅੰਬਾਨੀਆਂ ਅਡਾਨੀਆਂ ਨੇ ਹੋਰ ਘਰੋਂ ਤਾਂ ਮੈਨੂੰ 60 ਰੁਪਏ ਦੇ ਕੇ ਦਿਖਾਓ ਕੋਈ ਝਾੜੂ ਨੂੰ ਵੀ ਉਹੀ ਚਲਾਉਂਦੇ ਆ ਕਾਂਗਰਸ ਨੂੰ ਵੀ ਉਹੀ ਚਲਾਉਂਦੇ ਆ ਤੇ ਭਾਜਪਾ ਨੂੰ ਵੀ ਇਹੀ ਚਲਾਉਂਦੇ ਆ ਮਤਲਬ ਤੁਹਾਨੂੰ ਸਿਰਫ ਵੋਟਾਂ ਦੇ ਵਾਸਤੇ ਵਰਤਿਆ ਨਾ ਠੀਕ ਹੈ ਤੁਸੀਂ ਕਿਸਾਨ ਮਜ਼ਦੂਰ ਇੱਕ ਦੂਜੇ ਨਾਲ ਲੜ ਲੜ ਕੇ ਮਰਨਾ ਤੇ ਇਹਨਾਂ ਨੇ ਉੱਤੇ ਐਸ਼ ਕਰਨੀ ਹੈ ਮੈਨੂੰ ਐਂ ਦੱਸੋ ਜਿਨ੍ਹਾਂ ਦੇ ਮਗਰ ਲੋਕ ਚੱਕੀ ਫਿਰਦੇ ਸੀ ਚੰਗੇ ਕੱਲ੍ਹ ਤੱਕ ਕਹਿੰਦੇ ਸੀਗੇ ਕਿ ਡੈਂਪੀ ਬਹੁਤ ਮਾੜਾ ਝਾੜੂ ਵਾਲੇ ਮੁੰਡੇ ਕਰਦੇ ਹੋਣੇ ਆ ਅੱਜ ਤੁਹਾਡੇ ਸਾਰੇ ਝਾੜੂ ਵਾਲੇ ਲਾਏ ਤੇ ਨਹੀਂ ਲਾਏ ਅੱਧਿਆਂ ਦਾ ਛਿੱਤਰ ਲਾ ਕੇ ਲਾਇਆ ਨੇ 25-26 ਦੇ ਤਾਂ ਇਹਨਾਂ ਨੇ ਕੁੱਟ ਕੁੱਟ ਕੇ ਲਾਏ ਉਹਨਾਂ ਦੇ ਕਾਗਜ਼ ਕੂਜ ਕਰਕੇ ਕੈਂਸਲ ਅਬ ਬਾਕੀਆਂ ਨੂੰ ਇਹਨੇ ਐਂ ਕਿਹਾ ਵੀ ਛਿੱਤਰ ਫਿਰੂਗਾ 2 ਸਾਲ ਮੇਰੇ ਹਜੇ ਪਏ ਆ ਚੁੱਪ ਕਰਕੇ ਰਲ ਨਾ ਰਲੋ ਫਿਰ ਇੱਥੇ ਕਿਤੇ ਬਲਕਾਰ ਸਿੱਧੂ ਆ ਕੇ ਬਹਿ ਜਾਂਦਾ ਹੈ ਸਾਡੇ ਪਿੰਡ ਆ ਤੁਹਾਡੇ ਕਿਸੇ ਹੋਰ ਦੀ ਡਿਊਟੀ ਹੋਣੀ ਆ ਪਤਾ ਨਹੀਂ ਕਿਹਦੀ ਹੋਣੀ ਆ ਇੱਕ ਦਾ MLA ਤੁਰਿਆ ਫਿਰਦਾ ਹੋਊ ਲੋਕਾਂ ਨੂੰ ਐਂ ਲੱਗਦਾ ਵੀ ਆਪਣੀ ਭਾਵੇਂ MLA ਨਾ ਸਿੱਧੀ ਹੈ ਇਹ ਸਿੱਧੀ ਸੁਧਰੀ 12-13 ਤਰੀਕ ਤੋਂ ਬਾਅਦ ਇਹਨਾਂ ਨੇ ਫੋਨ ਬਦਲ ਲੈਣੇ ਕੋਈ ਨਹੀਂ ਕਿਸੇ ਨੂੰ ਮਿਲਦਾ ਹੁੰਦਾ ਆਪਾਂ ਨੂੰ ਪਤਾ ਹੀ ਹੈ ਬਾਪੂ
इधरले पासे राजा सीगा, राजे ने हल्के ही बदल लिया। वो कहना इतने पैसे घट बनते लुधियाना ठीक है, उत्थे चल गए। हुण तीन बारी इतों जिताया, चौथी बारी उतों जित के हजे भी कहना मैनू जिताओ। उन्हों कोई होर तो ध्यान नहीं, कांग्रसी सियाना आपकी घर वाली फिर खड़ी करती। हुण देख बापू सोनू तो मैं लगता घरे बुढ़िया गालां कढ़दियां होणगियां भी देख लो राजे ने तो आपकी घर वाली भी सैट करती है। तो तुम आप जिहड़ियां घर वालियां नूं दित्ता की है, एवं हथ ने दारू पी के कुटते हो, नाले गालां कढ़दे हो, नाले मंगदे रोटियां। मैं तो कहना इन्हां ते फिरिया करो डांगा, इन्हां ने कांग्रेस के झंडे वध चके है। यार कुछ समझो बई, आही झाड़ू है। अच्छा मनप्रीत आही कहना जवाक जा बिखर गया झाड़ू आए हैं, उही झाड़ू हुण सारे पिंडां दे विच इन्ने ने पोस्टर लाते। मेरे तो पाड़ ही दिते, मैं पिछे दिखाया तुहानूं, तुहाडे पिंड वी पाड़ दे ने। मेरे गरीब दे चार क लग जाए, मेरे साथ दो चार बंदे पिछे लाई बैठे इहदे पट्टो। यार जे थोड़ा ढाई तीन लख पोस्टर ला के दीदा मूँह, तो साढ़े चार आना दीदा, फिर तो मतलब कि असीं तकड़े ही हैं। मैं तुहानूं इह कहना बापू, इह तिन्ने बंदे ऐतकी डिंपी ने कालीदास छड्ड के किधर आ गया झाड़ू च, अगली वारी हो सकता है कांग्रेस चो लड़ ले। जे राजे ने घरों हराती उन्हें जुली पत्थरा चाके बजना मुक्सर, राजा जावड़ा लुधियाने, तो इतों के जो कांग्रेसी फिरते इन्होंने हो जाना अनाथ। अगले ने तो यह देखना ना भी तीन चार बारी हो गया, हुण किन्ने कु वारी लोग अगे किसी नलगां पूंझ के वोटां लै गया, कितें जप्पियां पा के लै गया, कितें कुछ। हुण ढंग जे तां उहदे तों ज्यादा पता लग ही गए। हुण उहने जावड़े ने इतों वाले फेरों में इन्होंने फिर उहदे राजे की थां ते कोई हो सकता है, कोई होर लिया के बहा देना। यही तिने चार रहा इन्हों को। वह एक शर्मा से अपना गुआढ़ी, वह पिछली बारी झाड़ू चो सी, वह तीजे दिन हुण जावड़ा कि नहीं, वह मनप्रीत कनी। हुण तां लोग भी सियाने हो गए, लोग सवेरे आउंदा राजा सरोपा पा दिंदा है, उस बंदे दी हजे शर्ट भी नहीं लाई हुंदी, दुपहरे आके छनी के पा दिंदे है। डिंपी दोने भरा कोई किधर चलिया सी, वह कहिंदा पा दिओ, वह मेरे वल गाए खड़ा भी पा दिओ। हथ नहीं आउंदा है चोरी जाने मनप्रीत पाया हुंदा, कहिंदा पा दे। यह वधिया गल कीती उह बंदे ने, लोग कहिंदे इहदा दीन मान नहीं, भी इहो जिहे बंदे दा दीन मान जिहड़े रोज दे सरोपे पाउंदे, भी जिन्हां वांगर असीं दीन मान खड़ाई खड़े हैं उन्हां दा आपदा की दीन मान है। आपां मैं कहदे भी अगला सरोपा मोड़ दे, भी मैं तां भाई पक्का झाड़ू दा वर्कर है, मैं तां तैनूं पाउंदा नहीं। होणी अज जिहदे मगर उहने स्टैंड लै लिया, हो सकदा अगला दूजी पार्टी जो आ के फिर इधर वड़ जाए, की कर लांगे आपां। हुण इहो जिही तां राजनीति हो गई है, तुहानूं किसे लीडर ते विश्वास हैगा? सही सही दसी बापू, तेन लगता भी अज जे तू किसी मगर लड़ पे है ते मैं ते आए नहीं पता केड़ी पार्टी कहनी आ जाए। तो तुम इधर लांगड़ चक्की फिर कहानी निबड़ी जानी अपनी। तो बापू ये तिने बंदे है, ये तीन चार ही पार्टियां है, यही बदल बदल के आई जाते, उही तीन बंदे चाहे उधरों आ जाए उधरों आ जाए। साडे देखो पिंडां दे विच ये दस रहे हैं कि मजदूर नूं जिहड़ा कोठा है वह मोदी पा के दिंदे, सोनू पांच किलो कणक मोदी दिंदा, यह मनप्रीत दे बयान है। तो आने वाले मोदी साहब ने कहा आने वाले चार साल पांच साल 95 करोड़ बंदियां नूं कणक देवांगे। इहदा मतलब यह है भी 95 करोड़ बंदे अमीर मूर तो नहीं होने, कणक दी चलना काम कोई इन्हां ने कुछ नहीं देना। मोदी कहने सारा आरक्षण बंद करता राखवा करन गरीबां दा, मोदी कहता तो यार काम ही होता सीधा पड़ दे, जे हिंदू मुसलमान लड़ते होवे मजदूर के किसान होवे बंदे इन्हां दे तनाड़ उत्ते। जिदे मोदी आया जिदे भाजपा आई उन्हें सारे पहला चके कि ताकड़े ताकड़े सरमाएदार बंदे, कैप्टन चकिया जाखड़ चकिया ठीक है, इधरों जे इधरले पास जो हूँ जो राणा सोढ़ी चकिया माड़ा बंदा लिता उन्होंने शुरू च, वह की किया ताकड़े बंदे कर ले कट्ठे, फिर थल्लो सड़ते योजे बंदे भी यार जेडे लोगों कह भी मैं गरीब है, वह फिर थोड़ा ठाला बाल दे लिया, हुण उहदी दही जमाउणी है समार के, वह जमाऊगा मनप्रीत ते अपने फेर उही छित्र नाले दा। इह सुट इत्थे पता की है, इत्थे पिंडां च तुसीं लड़ लड़ के मरोंगे, जिन्हें पिंडां दे जिहड़े झंडे लग रहे ना पिंड दे विच बीजेपी दे, वह आपदे जवाकां दी जिहड़े हैगा रोटी ते झंडे ला रहे आ। मैं शब्द नहीं वरतना चाहुंदा भी मतलब कि उहनां दी आउण वाला अग्गा सारा मार रहे आ बई, इह खत्म हो रहे आ आपां। यह तिने ही पार्टियां चलदियां सेंटर के पैसे नाला कारपोरेट अंबानी अडानिया देना, हुण तां तुहानूं फोन भी आउंदा होना देखिया होना, अज मैनूं आ गया डा इत्थे पिछे से, उहदे च रिलायंस वाले फोन करते हैं भी झोने ऐतकी कणक की बिजाई शुरू है, इन्नी DAP पाउनी है, इन्नी यूरिया पाउनी, आउंदा तां नहीं आउंदा, आया तां नहीं आया, जे नहीं आया तां आजूगा आउण लग गया।
ਮੋਬਾਈਲਾਂ ਕੋਲੇ ਸਾਰਿਆਂ ਕੋਲੇ ਫੋਨ ਦਾ ਰਿਲਾਇੰਸ ਵਾਲਿਆਂ ਦਾ ਤੇ ਆ ਮੈਨੂੰ ਐਂ ਦੱਸੋ ਵੀ ਨੀਤਾ ਅੰਬਾਨੀ ਕਿਤੇ ਪੱਠੇ ਪਾਉਂਦੀ ਰਹੀ ਹੈ ਉਹ ਜਿਹੜਾ ਅੰਬਾਨੀ ਦਾ ਐਡਾ ਢਿੱਡਲ ਜਿਹਾ ਜਵਾਕ ਆ ਉਹ ਕਿਤੇ ਪਾਣੀ ਲਾ ਦੂ ਕਿਸੇ ਦੇ ਪਰ ਬਈ ਉਹਨਾਂ ਕੋਲੇ ਪੈਸਾ ਉਹ ਕਹਿੰਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਉਹ ਬਈ ਪੈਸਿਆਂ ਦੇ ਦਮ ਤੇ ਤੁਹਾਨੂੰ ਦੱਬੀ ਤੁਰੀ ਆਉਂਦੇ ਆ ਪੈਸਾ ਦੇ ਕੇ ਤੁਹਾਡਾ ਸਾਰਾ ਜ਼ਮੀਰ ਵੀ ਖਰੀਦਣਾ ਚਾਹੁੰਦੇ ਆ ਤੇ ਜ਼ਮੀਨ ਵੀ ਖਰੀਦਣਾ ਚਾਹੁੰਦੇ ਆ ਮੰਡੀਆਂ ਖਤਮ ਆ ਜੇਕਰ ਅਸੀਂ ਆਪਦੇ ਧੀਆਂ ਪੁੱਤਾਂ ਨੂੰ ਬਿਨਾਂ ਪੈਸਿਆਂ ਤੋਂ ਜਿਤਾ ਲਾਂਗੇ ਚੰਗੇ ਰਵਾਂਗੇ ਇਹਨਾਂ ਤਿੰਨਾਂ ਦੇ ਕੁਛਰਾਂ 'ਚ ਵੜੇ ਰਵਾਂਗੇ ਕੋਈ ਚੱਕਰ ਨਹੀਂ ਬਾਈ ਮੈਂ ਤਾਂ 22 'ਚ ਵੀ ਬਥੇਰਾ ਰੌਲਾ ਪਾਇਆ ਸੀ ਮੈਂ ਤਾਂ 24 'ਚ ਵੀ ਪਾਈ ਜਾਣਾ ਮੈਂ ਤਾਂ 27 'ਚ ਵੀ ਆ ਜਾਊ ਤੁਸੀਂ ਲਾ ਲਓ ਚਾਹ ਪਾ ਕੇ ਇਹਨਾਂ ਨੂੰ ਪਰ ਮੈਂ ਇਹ ਕਹਿਣਾ ਜੇ ਤੁਸੀਂ ਆਪਾਂ ਨੂੰ ਪਾ ਦਿਓਗੇ ਆਪਦੇ ਭਰਾ ਨੂੰ ਪਾ ਦਿਓਗੇ ਆਪਦੇ ਮੁੰਡੇ ਨੂੰ ਪਾ ਦਿਓਗੇ ਮੇਰਾ ਹੌਸਲਾ ਬਣਿਆ ਰਹੂ ਤੇ ਇਹਨੂੰ ਪਤਾ ਲੱਗ ਜਾਣਾ ਵੀ ਹੁਣ ਲੋਕ ਜਾਗ ਪਏ ਆ ਇਹ ਸਾਡੇ ਤਿੰਨਾਂ ਤੋਂ ਔਖੇ ਸਾਡੇ ਤਿੰਨਾਂ ਨੂੰ ਹਰਾਉਣਗੇ ਆਹ ਦੇਖ ਲਓ ਮਜੀਠੀਆ ਤੇ ਉਹ ਸਿੱਧੂ ਇਕੱਠਾ ਹਰਾਇਆ ਸੀ ਨਾ ਲੋਕਾਂ ਨੇ ਉਸ ਅੰਮ੍ਰਿਤਸਰੋਂ ਪਿਛਲੀ ਵਾਰੀ ਸਰਬਜੀਤ ਨੇ ਮਾਂਝਿਆ ਨਾ ਦੋ ਚਾਰ ਦਿਨਾਂ 'ਚ ਗੰਨੇ ਨਾਲ ਤੇ ਇਹ ਕੋਈ ਪਤਾ ਨਹੀਂ ਆਉਣ ਵਾਲੇ ਦਿਨ ਪਏ ਹਜੇ 4-5 ਵੀ ਆਪਣਾ ਜਿਹੜਾ ਚੋਣ ਨਿਸ਼ਾਨਾ ਗੰਨਾ ਕਿਸਾਨਾਂ 11ਵੇਂ ਨੰਬਰ ਤੇ ਵੱਢਣਾ ਜੇ ਤੁਹਾਡੀ ਕਿਰਪਾ ਹੋਈ ਤਾਂ ਪਹਿਲੀ ਵਾਰੀ ਗਿੱਦੜਵਾਚਾ ਤੇ ਹੱਲ ਨਾ ਵੀ ਤਿੰਨੇ ਬੰਦੇ ਜਿਹੜਾ ਹੈਗਾ ਇੱਕ ਕਿਸਾਨ ਮਜ਼ਦੂਰ ਤੇ ਛੋਟੇ ਦੁਕਾਨਦਾਰ ਦੇ ਜਵਾਕਾਂ ਨੇ ਰਲ ਕੇ ਜਿਹੜੇ ਹੈਗੇ ਹਰਾਏ ਬਾਈ ਜਦੋਂ ਆਪਾਂ ਸਾਰੇ ਇੱਕੋ ਜਿਹਾ ਨਹੀਂ ਤਾਂ ਭਰਾ ਮੇਰੇ ਤੁਹਾਨੂੰ ਦਿਖਾਇਆ 2 ਕਿੱਲਿਆਂ ਵਾਲੇ ਦਾ ਹਾਲ ਆ ਬੈਠੇ ਨਾਲ ਤੁਹਾਡੇ ਭੁੱਖੇ ਭਾਣੇ ਯਾਰ ਵਿਚਾਰੇ ਆਈ ਆਪਣੇ ਜਵਾਕਾਂ ਦਾ ਹਾਲ ਹੋਣਾ ਇੱਕ ਵਾਰੀ ਚਾਹੇ ਤੁਹਾਡੇ ਜਿਨ੍ਹਾਂ ਨੇ ਚੰਡੀਗੜ੍ਹ ਜ਼ਮੀਨਾਂ ਵੇਚੀਆਂ ਸੀ ਨਾ ਬਾਪੂ ਉਹਨਾਂ ਨੇ 8-8 ਕਰੋੜ ਦਾ ਉਹ ਟਾਈਮਾਂ 'ਚ ਕਿੱਲਾ ਵੇਚਿਆ ਸੀ ਤੇ ਅੱਜ ਉਹ ਉਤਨਾ ਹੀ ਫਲਾਈਟਾਂ 'ਚ ਦਿਹਾੜੀ ਜਾਂਦੇ ਵਿਚਾਰੇ ਸੋ ਸਿਸਟਮ ਹੈ ਇਹ ਪਿੰਡਾਂ ਦੇ ਵਿੱਚ ਨਫ਼ਰਤ ਫੈਲਾ ਰਹੇ ਹੈ ਅੱਧਿਆਂ ਨੂੰ ਤਾਂ ਇਹ ਹੁਣ ਇੱਕ ਦੂਜੇ ਨੂੰ ਮੈਂ ਤੁਹਾਡੀ ਗੱਲ ਦੱਸ ਦਿੰਦਾ ਜਿਹੜੇ ਕਿਸਾਨ ਤਾਂ ਔਖਾ ਹੈਗਾ ਮਜ਼ਦੂਰ ਵੀ ਔਖਾ ਪਰ ਮਜ਼ਦੂਰ ਇਹ ਗੱਲ ਤੋਂ ਵੀ ਆਖਦਾ ਵੀ ਚੱਲ ਨਾਲ ਹੀ ਸਾਡੇ ਇਹ ਚੱਕਿਆ ਕਰਨਗੇ ਡੋਲੂ ਇਹ ਵੀ ਚੱਕਿਆ ਕਰਨਗੇ ਪਰ ਡੋਲੂ ਆਪਾਂ ਚੱਕਾਂ ਤਾਂ ਲਵਾਂਗੇ ਪਰ ਜਾਵਾਂਗੇ ਕਿਹਨਾਂ ਦੇ ਤੁਹਾਨੂੰ ਪਤਾ ਜਦੋਂ ਇਹ ਕਣਕ ਹੁਣ ਤਾਂ ਆਪਾਂ ਇੱਕ ਦੂਜੇ ਉਧਾਰਾ ਵੀ ਲੈ ਲੈਂਦੇ ਹਾਂ ਆਪਾਂ ਇੱਥੋਂ ਜਿਹਨੂੰ ਮਰਜ਼ੀ ਚਾਹੀਏ ਵੇਚ ਸਕਦੇ ਜਦੋਂ ਤੁਹਾਡੀ ਕੰਟਰੈਕਟ ਫਾਰਮਿੰਗ ਸ਼ੁਰੂ ਹੋ ਗਈ ਨਾ ਬਾਈ ਉਸ ਤੋਂ ਬਾਅਦ ਤੁਸੀਂ ਇੱਕ ਦਾਣਾ ਨਹੀਂ ਆਪਦੇ ਘਰੇ ਵੀ ਰੱਖ ਸਕਦੇ ਵੇਚਣਾ ਤਾਂ ਦੂਰ ਜਿਹਦੇ ਨਾਲ ਡੀਲ ਹੈ ਉਹਦੇ ਨੇ ਡੀਲ ਉੱਤੇ ਕਾਨੂੰਨ ਬਣਿਆ ਹੋਣਾ ਵੀ ਜੇਲ੍ਹ ਦਾ ਇਹ ਹੋਣਾ ਕੰਮ ਬਹੁਤ ਮਾੜੇ ਦਿਨ ਆਉਣ ਵਾਲੇ ਹੈ ਮੈਂ ਤਾਂ ਕਰਕੇ ਕਹਿਣਾ ਤਿੰਨੇ ਕਾਰਪੋਰੇਟ ਦੀਆਂ ਪਾਰਟੀਆਂ ਤਿੰਨੇ ਦਿੱਲੀ ਤੋਂ ਚੱਲਣ ਵਾਲੇ ਆ ਮੈਨੂੰ ਐਂ ਦੱਸੋ ਚਾਹੇ ਭਾਜਪਾ ਚਾਹੇ ਝਾੜੂ ਆ ਤੇ ਚਾਹੇ ਹੈਗਾ ਪੰਜਾ ਇਹ ਤੋਂ ਬਿਨਾਂ ਇਹ ਚੜ੍ਹਦੀਆਂ ਦਿੱਲੀ ਤੋਂ ਆ ਤੇ ਇਹਨਾਂ ਨੇ ਪੰਜਾਬ ਦਾ ਕਦੇ ਭਲਾ ਨਹੀਂ ਕਰਨਾ ਸੋ ਬੇਨਤੀ ਆ ਗਿੱਦੜਾਲਾ ਲਿਓ ਵੀ ਐਤਕੀ ਜੇ ਆਪਾਂ ਜਿੱਤ ਗਏ 2027 ਦੇ ਵਿੱਚ ਮੇਰੇ ਵਰਗੇ 100-117 ਮੁੰਡੇ ਹੋਰ ਉੱਠਣਗੇ ਉਹ ਮਜ਼ਦੂਰਾਂ 'ਚੋਂ ਵੀ ਹੋਣਗੇ ਉਹ ਛੋਟੇ ਜ਼ਿਮੀਂਦਾਰਾਂ 'ਚੋਂ ਵੀ ਹੋਣਗੇ ਉਹ ਬੇਰੁਜ਼ਗਾਰ ਲਾਈਨਮੈਨ ਜੁਣਗਣਾ ਜਿਹੜੀਆਂ ਤੁਰੇ ਫਿਰਦੇ ਆ ਉਹਨਾਂ 'ਚੋਂ ਵੀ ਹੋਣਗੇ ਆਜ਼ਾਦ ਲੜਨਗੇ ਹੁਣ ਤਾਂ ਹਰੇਕ ਬੰਦਾ ਕਹਿੰਦਾ ਵੀ ਕਿਸੇ ਪਾਰਟੀ 'ਚ ਰਲ ਜਾਓ ਜਿਵੇਂ ਹੁਣ ਭਾਜਪਾ 'ਚ ਰਲਣ ਦਾ ਕਾਰਨ ਅਗਲਾ ਕਹਿੰਦਾ ਪਾਵਰ ਕਨੀ ਜਾਓ ਇਹਦੇ ਮਗਰ ਕੀ ਲੈਣਾ ਤਾਂ ਆਮ ਲੰਘ ਹੈ ਵੀ ਮੈਨੂੰ ਐਂ ਦੱਸੋ ਆਪਾਂ ਨੂੰ ਕਦੇ ਕੰਮ ਪਿਆ ਇਹਨਾਂ ਤਾਂ ਸਹੀ ਦੱਸੋ ਤੁਹਾਡੀ ਉਮਰ ਵੀ ਬੀਤ ਗਈ ਜਿੱਦੇ ਕੰਮ ਪਿਆ ਹੋਊ ਜਾਂ ਪੈਸੇ ਨੇ ਕਢਾਇਆ ਬਈ ਜਾਂ ਮਿਲਤਾਂ ਉਹਨੀਆਂ ਕੱਢੀਆਂ ਹਜੇ ਜਿਹਦੇ ਜਿਹੜਾ ਇਹਨਾਂ ਦਾ ਵਿਰੋਧੀ ਹੈ ਜਿਹੜਾ ਵਿਰੋਧ 'ਚ ਵੋਟ ਪਾਉਂਦਾ ਉਹਦਾ ਤਾਂ ਛੇਦੀ ਹੋ ਜਾਂਦਾ ਹਜੇ ਜਿਹੜਾ ਆਪਦਾ ਉਹਦਾ ਤਾਂ ਹੁੰਦਾ ਹੀ ਨਹੀਂ ਸੋ ਵੀਰ ਬਣ ਕੇ ਮੇਰੀ ਬੇਨਤੀ ਹੈ ਬਾਪੂ ਅਤੇ ਬਾਕੀ ਆ ਮੋਬਾਈਲਾਂ 'ਤੇ ਮੁੰਡੇ ਦੇਖੀ ਜਾਂਦੇ ਭੈਣਾਂ ਦੇਖੀਆਂ ਜਾਂਦੀਆਂ ਇਹਨਾਂ ਤਿੰਨਾਂ ਦੀ ਵਾਹ ਗਲਵਾਓ ਵੀਰ ਬਣ ਕੇ ਗਿੱਦੜਵਾ ਦੇ ਵਿੱਚ ਤਿੰਨਾਂ ਨੂੰ ਹਰਾਓ ਵਿੱਚੇ ਝਾੜੂ ਨੂੰ ਵਿੱਚੇ ਕਾਂਗਰਸ ਨੂੰ ਤੇ ਵਿੱਚੇ ਆਹ ਸਾਰਿਆਂ ਨੂੰ ਭੈੜੀ ਜਮਾਤ ਆ ਜਿਹੜੀ ਭਾਜਪਾ